ਉਧਰ BC ਦੇ ਗੱਲ ਕਰ ਲਈਏ ਤਾਂ ਬੀਸੀ ਦੇ ਆਲੇ-ਦੁਆਲੇ ਅੱਗ ਫੈਲ ਰਹੀ ਹੈ ਜਿਸ ਕਰਕੇ ਕਈ ਇਲਾਕੇ ਖਾਲੀ ਕਰਨ ਦੇ ਤੁਰੰਤ ਹੁਕਮ ਜਾਰੀ ਕੀਤੇ ਗਏ ਨੇ ਕਈਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਆਪਣੀ ਪ੍ਰਾਪਰਟੀ ਨੂੰ ਜਲਦੀ ਛੁਕੰਦੀ ਲੋਕ ਕਰੋ ਬੇਕਾਰ ਹੋ ਰਹੇ ਨੇ ਕਈਆਂ ਦੇ ਘਰ ਸੜ ਕੇ ਸੁਆਹ ਹੋ ਗਏ ਨੇ ਜੰਗਲੀ ਅੱਗ ਦੇ ਨਾਲ ਪ੍ਰਭਾਵਤਾਂ ਦੀ ਮਦਦ ਕਰਨ ਦਾ ਸੂਬੇ ਨੇ ਫਿਲਹਾਲ ਐਲਾਨ ਕਰ ਦਿੱਤਾ ਹੈ ਪਰ ਇਹ ਚੇਤਾਵਨੀ ਦੇਣ ਤੋਂ ਪਹਿਲਾਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅੱਗ ਕਈ ਖੇਤਰਾਂ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਕਰਕੇ ਗਰਮੀ ਵੀ ਅੱਗੇ ਬਣੀ ਰਹੇਗੀ ਤੇ ਅੱਗੇ ਬਾਰਿਸ਼ ਹੋਣ ਦੇ ਵੀ ਕੋਈ ਅਸਰ ਨਜ਼ਰ ਨਹੀਂ ਆ ਰਹੇ ਤੇ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਆਗ ਲੱਗਣ ਦੇ ਕਾਰਨ ਹੈ ਕਿ ਬੀਸੀ ਦੇ ਵਿੱਚ ਜੰਗਲੀ ਅੱਗ ਦੇ ਕਾਰਨ ਗਰਮੀ ਹੋਰ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਬੀਸੀ ਦੀਆਂ ਕਈ ਕਮਿਊਨਿਟੀਆਂ ਲਈ ਤੇ ਸੈਂਕੜੇ ਹੋਰਾਂ ਦੇ ਲਈ ਇੱਕ ਸਮੇਂ ਤੇ ਤਾਂਵਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਕਿਉਂਕਿ ਜੰਗਲੀ ਅੱਗ ਕੰਟਰੋਲ ਤੋਂ ਬਾਹਰ ਹੋ ਰਹੀ ਹੈ ਇੱਕ ਫਰਮਾਨ ਉਦੋਂ ਆਇਆ ਜਦੋਂ ਇਸ ਹਫਤੇ ਦੀ ਭਵਿਕਵਾਣੀ ਵਿੱਚ ਇੱਕ ਵਾਰ ਫਿਰ ਗਰਮ ਮੌਸਮ ਰਹਿਣ ਦੇ ਨਾਲ ਨਾਲ ਕਈ ਖੇਤਰਾਂ ਦੇ ਵਿੱਚ ਖਤਰਨਾਕ ਗਰਮੀ ਹੋਣ ਦੀ ਉਮੀਦ ਹੈ ਜ਼ਿਆਦਾਤਰ ਬੀਸੀ ਦੇ ਆਲੇ ਦੁਆਲੇ ਅੱਗ ਬਹੁਤ ਤੇਜ਼ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੂਬੇ ਵਿੱਚ 300 ਅੱਗਾਂ ਬਲ ਰਹੀਆਂ ਨੇ ਸ਼ੁੱਕਰਵਾਰ ਤੋਂ 75 ਹੋਰ ਨਵੀਆਂ ਲਾਟਾਂ ਦੇ ਨਾਲ ਵਾਦਾ ਹੋਇਆ ਹੈ 25 ਅੱਗਾਂ ਨੂੰ ਤਾਂ ਖਾਸ ਕਰ ਖਤਰੇਵਜੋ درجہ ਦਿੱਤਾ ਜਾ ਰਿਹਾ ਹੈ ਬੀਸੀ ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਉਹ ਘਰਾਂ ਤੇ ਦਾਤਾਵਾਂ ਵਾਲਿਆਂ ਨੂੰ ਚੇਤਾਵਨੀ ਦੇ ਰਹੇ ਨੇ ਓਕਨਾਗਨ ਸਿਮਲ ਕਮਨ ਤਾਜ਼ਾ ਅੱਗਾਂ ਚੋ ਇੱਕ ਹੈ ਜੋ ਥੋਮਸ ਕ੍ਰੀਕ ਵਾਈਲਡਫਾਇਰ ਜੋ ਕਿ ਸਕਾਹਾ ਚੀਲ ਦੇ 1.5 ਕਿਲੋਮੀਟਰ ਪਛਮ ਦੇ ਵਿੱਚ ਜਲ ਰਹੀ ਹੈ ਇਹ ਐਤਵਾਰ ਨੂੰ ਜਲਨੀ ਸ਼ੁਰੂ ਹੋਈ ਜਿੱਥੇ ਓਕਨਾਗਨ ਫਾਲਸ ਦੇ ਵਿੱਚ 77 ਸੰਪਤੀਆਂ ਜੋ ਇਲੈਕਟਰਲ ਇਲਾਕੇ ਦੇ ਵਿੱਚ ਹੈ ਨੂੰ ਬਾਹਰ ਕੱਢਣ ਲਈ ਮਜਬੂਰ ਹੋਣਾ ਪਿਆ ਬੀਸੀ ਵਾਈਲਡਫਾਇਰ ਸਰਵਿਸ ਦੇ ਅਨੁਸਾਰ ਅੱਗ ਇਸ ਸਮੇਂ 500 ਹੈਕਟੇਰ ਆਕਾਰ ਦੀ ਹੈ ਤੇ ਅ므ਲੇ ਰਾਤ ਨੂੰ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਰਹੇ ਬੀਸੀ ਵਾਈਲਡਫਾਇਰ ਸਰਵਿਸ ਮੁਤਾਬਕ ਅੱਗੇ ਇਸ ਵੇਲੇ ਨਤੀਜੇ ਵਜੋਂ ਓਕਨਾਗਨ ਸਿਮਲਾ ਕਾਮੇਨ ਦੇ ਖੇਤਰੀ ਜ਼ਿਲ੍ਹਾ ਨੇ ਸਕਾਹਾ ਚੀਲ ਦੀਆਂ ਕਿਸ਼ਤੀਆਂ ਨੂੰ ਖੇਤਰ ਤੋਂ ਬਾਹਰ ਰੈਂਦੀਆਂ ਕੀਤੀ ਹੈ ਤਾਂ ਜੋ ਚਾਲਕਾ ਨੂੰ ਸੁਰੱਖਿਅਤ ਢੰਗ ਨਾਲ ਪਾਣੀ ਇਕੱਠਾ ਕਰਨ ਦਿੱਤਾ ਜਾ ਸਕੇ ਕਿਉਂਕਿ ਉਹ ਦੋ ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ਨਾਲ ਲੜਨ ਦੀ ਕੋਸ਼ਿਸ਼ ਕਰਦੇ ਨੇ ਥੌਮਸਨ ਨਿਕੋਲਾ ਸੰਪੀਕਸ ਦੇ ਨੇੜੇ ਅੱਗ ਦੇ ਨਿਰੰਤਰਣ ਤੋਂ ਬਾਹਰ ਹੋਣ ਕਾਰਨ 132 ਸੰਪਤੀਆਂ ਦੇ ਲੋਕਾਂ ਨੂੰ ਬੰਟਨ ਮਾਊਂਟੇਨ ਅੱਗ ਕਾਰਨ ਸ਼ਨੀਵਾਰ ਨੂੰ ਸਮਾਨ ਚੁੱਕਨ ਤੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਸੰਪੀਕਸ ਮਾਊਂਟੇਨ ਰਿਜ਼ੋਰਟ ਮਿਊਂਸੀਪਲਿਟੀ ਨੇ ਬਾਹਰ ਨਿਕਲਣ ਦਾ ਅਲਰਟ ਜਾਰੀ ਕੀਤਾ ਸੰਪੀਕਸ ਦੇ ਉੱਤਰ ਵੱਲ ਸ਼ਨੀਵਾਰ ਨੂੰ ਇੱਕ ਹੋਰ ਨਿਕਾਸੀ ਦਾ ਹੁਕਮ ਬਿਗ ਟੇਕ ਚੀਲ ਦੇ ਨੇੜੇ ਮਕਾਨ ਮਾਲਕਾਂ ਲਈ ਜਾਰੀ ਕੀਤਾ ਗਿਆ ਸੀ ਜੋ ਵਿਲੀਅਮ ਸਟੀਲ ਦੇ ਪੱਛਮ ਵਿੱਚ ਸਥਿਤ ਹੈ ਤੇਜ਼ ਹਵਾਵਾਂ ਦੇ ਖੇਤਰ ਕਾਰਨ BC ਵਾਈਲਡਫਾਇਰ ਸਰਵਿਸ ਸ਼ਨੀਵਾਰ ਨੂੰ ਜ਼ਮੀਨੀ ਬਲਾਨੋ ਖੇਤਰ ਤੋਂ ਬਾਹਰ ਕੱਢਣ ਲਈ ਮਜਬੂਰ ਹੋ ਗਏ ਕੈਰੀਬਿਊ ਖੇਤਰ ਦੇ ਵਿੱਚ ਫਲੈਟ ਚੀਲ ਦੀ ਅਗਨੇ ਲੋਕਾਂ ਨੂੰ ਗੋ ਬੈਗ ਰੈਡੀ ਤਿਆਰ ਕਰਨ ਲਈ ਪ੍ਰੇਰਿਆ ਜਿਵੇਂ ਕਿ ਬਿਜਲੀ ਦੇ ਕਾਰਨ ਲੱਗੀ ਅੱਗ 100 ਮੀਲ ਦੇ ਦੱਖਣ ਪੱਛਮ ਵਿੱਚ ਸਤਾਈ ਕਿਲੋਮੀਟਰ ਤੱਕ ਫੈਲ ਗਈ ਹਫਤੇ ਦੇ ਅੰਤ ਵਿੱਚ ਬਲਕਲੇ ਨਚਾਕੋ ਤੇ ਵੈਸਟਵੇਟ ਫਸਟ ਨੇਸ਼ਨ ਨੇ ਖਾਲੀ ਸਥਾਨ ਦੀ ਚੇਤਾਵਨੀ ਦਾ ਵਿਸਥਾਰ ਕੀਤਾ ਤਾਂ ਜੋ ਵਦੇਰੇ ਜਾਇਦਾਦਾਂ ਨੂੰ ਸ਼ਾਮਿਲ ਕੀਤਾ ਜਾ ਸਕੇ ਜਿਵੇਂ ਕਿ ਕੈਂਬਲ ਲੇਕ ਜੰਗਲ ਦੀ ਅੱਗ ਬਲ ਰਹੀ ਹੈ ਇਹ ਸਿਰਫ 10 ਐਕਟੇਅਰ ਆਕਾਰ ਦਾ ਹੈ ਪਰ ਅਧਿਕਾਰੀ ਸਭ ਨੂੰ ਸਾਵਧਾਨ ਰਹਿਣ ਦੀ ਤਾਕੀਦ ਕਰ ਰਹੇ ਨੇ ਕਿਉਂਕਿ ਇਸ ਦੇ ਆਸ-ਪਾਸ ਦੀਆਂ ਜਾਇਦਾਦਾਂ ਦਾ ਵਦਨ ਤੇ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ ਸੋਮਵਾਰ ਦੇ ਮੌਸਮ ਦੇ ਹਾਲਾਤਾਂ ਤੋਂ ਸਿਰਫ ਆਗੋ ਬੁਝਾਓ ਯਤਨਾਂ ਨੂੰ ਚੁਣੌਤੀ ਦੇਣ ਦੀ ਉਮੀਦ ਕੀਤੀ ਜਾਂਦੀ ਹੈ ਐਨਵਾਇਰਨਮੈਂਟ ਕੈਨੇਡਾ ਨੇ BC ਦੇ ਕੁਝ ਹਿੱਸਿਆਂ ਜਿਵੇਂ ਕਿ ਦੱਖਣੀਆਂ ਦਰੂਨੀ ਹਿੱਸੇ ਲਈ ਗਰਮੀ ਦੀ ਚਿਤਾਵਨੀ ਦਿੱਤੀ ਹੈ ਹਾਲਾਂਕਿ ਪਿਛਲੇ ਦੂਜੇ ਨਾਲੋਂ ਘੱਟ ਭਿਆਨਕ ਰਹੇਗਾ ਇਹ ਕਾਫੀ ਗਰਮ ਰਹੇਗਾ ਕਿਉਂਕਿ بارش ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਔਕਨਾਗਨ ਘਾਟੀ ਦੇ ਵਿੱਚ ਸੋਮਵਾਰ ਤੋਂ ਬੁੱਧਵਾਰ ਤੱਕ ਦਿਨ ਦੇ ਉੱਚ ਤਾਪਮਨ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਸੋ ਗਰਮੀ ਦੇ ਨਾਲ ਨਾਲ ਬਿਮਾਰੀਆਂ ਦਾ ਖਿਆਲ ਰੱਖਣ ਦੀ ਵੀ ਚ ਜਾਰੀ ਹੈ న్యూਸ ਦੇ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ